ਆਪਾਂ ਸਟਾਰਟ ਕਰਨ ਲੱਗੇ ਹਾਂ ਸਾਡੇ ਸੈਕਿੰਡ ਚੈਪਟਰ ਦੀ ਐਕਸਰਸਾਈਜ਼ 2.2। ਤਾਂ ਜਿਵੇਂ ਕਿ ਬੇਟੇ ਆਪਣਾ ਜਿਹੜਾ ਸੈਕਿੰਡ ਚੈਪਟਰ ਆ ਪੋਲੀਨੋਮੀਅਲਸ ਪਹਿਲਾਂ ਹੀ ਚੱਲ ਰਿਹਾ ਬਹੁਪਦ, ਜਿਹਦੇ ਬਾਰੇ ਮੈਂ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ ਵਾਰ ਵਾਰ ਦੱਸਦੀ ਹਾਂ। ਦੇਖੋ ਸਾਡੀ ਜਿਹੜੀ ਐਕਸਰਸਾਈਜ਼ 2.2 ਦਾ ਪਹਿਲਾ ਸਮ ਆ, ਉਹਦੇ ਫਸਟ ਸਮ ਦੀ ਸਟੇਟਮੈਂਟ ਕੀ ਆ, ਫਾਈਂਡ ਦਾ ਵੈਲਿਊ ਆਫ ਪੋਲੀਨੋਮੀਅਲ 5x-4x² + 3 ਐਟ x=0, x=-1 ਅਤੇ x=2। ਤਾਂ ਤਿੰਨ ਸਾਨੂੰ x ਦੇ ਮੁੱਲ ਦਿੱਤੇ ਵੇ ਆ, ਅਤੇ ਸਾਨੂੰ ਬਹੁਪਦ ਦਾ ਮੁੱਲ ਆ ਜਿਹੜਾ ਉਹ ਕੱਢਣ ਦੇ ਲਈ ਕਿਹਾ ਗਿਆ, ਬਹੁਪਦ ਸਾਨੂੰ ਇਹ ਦਿੱਤਾ ਵੇ ਆ, ਠੀਕ ਹੈ। ਤਾਂ ਹੁਣ ਅਸੀਂ ਜਦੋਂ ਵੀ ਮੁੱਲ ਕੱਢਣਾ ਹੁੰਦਾ ਤਾਂ ਸਾਨੂੰ ਜਿਹੜੀ ਵੀ ਵੈਲਿਊ ਦਿੱਤੀ ਵੀ ਆ, ਜਿਵੇਂ ਐਕਸ ਦੀ ਵੈਲਿਊ ਸਾਨੂੰ 0 ਦਿੱਤੀ ਵੀ ਆ, ਤਾਂ ਸਾਡੇ ਕੋਲ ਬਹੁਪਦ ਦੇ ਵਿੱਚ ਜਿੱਥੇ ਜਿੱਥੇ ਵੀ ਐਕਸ ਹੋਊਗਾ ਅਸੀਂ ਉਹਦੀ ਥਾਂ 'ਤੇ ਜਿਹੜਾ ਵੀ ਸਾਨੂੰ ਮੁੱਲ ਦਿੱਤਾ ਹੋਊਗਾ, ਜਿਵੇਂ ਪਹਿਲੇ ਪਾਰਟ ਸਾਨੂੰ 0 ਦਿੱਤਾ, ਫਿਰ -1 ਦਿੱਤਾ, ਫਿਰ 2 ਦਿੱਤਾ, ਤਾਂ ਅਸੀਂ ਉਹ ਵਾਲਾ ਮੁੱਲ ਆ ਜਿਹੜਾ ਉਹ ਵੈਲਿਊ ਆ ਜਿਹੜੀ ਉਹ ਪੁੱਟ ਕਰ ਦੇਣੀ ਹੁੰਦੀ ਆ ਦਿੱਤੇ ਗਏ ਬਹੁਪਦ ਦੇ ਵਿੱਚ, ਉੱਥੋਂ ਸਾਡੇ ਕੋਲ ਜਿਹੜਾ ਆਂਸਰ ਆ ਉਹ ਸਾਡਾ ਆ ਜਾਊਗਾ। ਤਾਂ ਪਹਿਲੇ ਪਾਰਟ ਦੇ ਵਿੱਚ ਦੇਖੋ ਸਾਡੇ ਕੋਲ ਐਕਸ ਦਾ ਮੁੱਲ ਕਿੰਨਾ ਦਿੱਤਾ ਹੋਇਆ, 0 ਦਿੱਤਾ, ਸਾਡੇ ਕੋਲ ਜਿੱਥੇ ਵੀ ਐਕਸ ਆ ਅਸੀਂ ਉੱਥੇ 0 ਭਰ ਦੇਣੀ ਆ। 5 ਨੂੰ 0 ਨਾਲ ਗੁਣਾ ਕੀਤਾ 0, 0 ਦਾ ਸਕੇਅਰ 0 ਆਊਗਾ, ਉਹਨੂੰ ਜਦੋਂ ਆਪਾਂ 4 ਨਾਲ ਗੁਣਾ ਕਰਾਂਗੇ ਉਹ ਵੀ 0 +3, ਤਾਂ ਸਾਡਾ ਆਂਸਰ ਆ ਜਿਹੜਾ ਉਹ ਕਿੰਨਾ ਆ ਗਿਆ, 3, ਕਿਉਂਕਿ 0 ਦੇ ਨਾਲ ਪਲੱਸ ਜਾਂ ਮਾਈਨਸ ਕਰਕੇ ਆਂਸਰ ਆ ਜਿਹੜਾ ਉਹੀ ਆ ਜਾਂਦਾ। ਹੁਣ ਆ ਜੋ ਸੈਕਿੰਡ ਪਾਰਟ ਦੇ ਵਿੱਚ ਸਾਨੂੰ ਐਕਸ ਦੀ ਵੈਲਿਊ ਦਿੱਤੀ ਆ -1, ਤਾਂ ਆਪਾਂ ਹੁਣ ਐਕਸ ਦੀ ਥਾਂ 'ਤੇ -1 ਪੁੱਟ ਕਰ ਦਾਂਗੇ 1, ਤਾਂ 5 ones are 5 ਨਾਲ ਮਾਈਨਸ ਲੱਗ ਗਿਆ। ਹੁਣ ਵੇਖੋ ਜਦੋਂ ਅਸੀਂ -1 ਦਾ ਸਕੇਅਰ ਕੀਤਾ, -1 ਦਾ ਸਕੇਅਰ, ਤਾਂ ਮਾਈਨਸ ਨੂੰ ਅਸੀਂ ਜਦੋਂ 2 ਵਾਰੀ ਗੁਣਾ ਕਰਾਂਗੇ ਤਾਂ ਕਾਹਦਾ ਸਾਈਨ ਬਣ ਜਾਂਦਾ ਹੁੰਦਾ, ਪਲੱਸ ਦਾ, ਤਾਂ ਇਹ ਕੀ ਬਣ ਗਿਆ, ਜਮ੍ਹਾਂ ਦਾ 1। ਇਹ ਮੈਂ ਵਾਰੀ ਵਾਰੀ ਬੱਚੋ ਤੁਹਾਨੂੰ ਦੱਸਦੀ ਹਾਂ ਕਿ 5x ਦਾ ਮਤਲਬ ਕੀ ਆ, 5 ਦੀ ਐਕਸ ਨਾਲ ਗੁਣਾ, 4x² ਦਾ ਮਤਲਬ ਕੀ ਆ, 4x² ਨਾਲ ਗੁਣਾ, ਤਾਂ ਹੀ ਆਪਾਂ ਇੱਥੇ ਜਿਹੜਾ 4 ਬ੍ਰੈਕਟ ਦੇ ਵਿੱਚ -1 ਦਾ ਸਕੇਅਰ ਲਾਇਆ, ਵਰਗ ਲਾਇਆ, ਤਾਂ ਜਦੋਂ ਅਸੀਂ ਉਹਨੂੰ ਖੋਲ੍ਹਿਆ ਤਾਂ ਮੈਂ ਗੁਣਾ ਤਾਂ ਲਿਖਤੀ ਕਿਉਂਕਿ ਤੁਹਾਨੂੰ ਕੋਈ ਭੁਲੇਖਾ ਨਾ ਪਵੇ, ਇਹਨਾਂ ਦੀ ਆਪਸ ਦੇ ਵਿੱਚ ਜਿਹੜੇ ਵੀ ਕੋਫੀ ਗੁਣਾਂਕ ਹੁੰਦੇ ਆ ਉਹਨਾਂ ਦੀ ਇਸ ਵੇਰੀਏਬਲ ਦੇ ਨਾਲ ਚੱਲ ਦੇ ਨਾਲ ਹਮੇਸ਼ਾ ਗੁਣਾ ਹੁੰਦੀ ਆ, ਤਾਂ ਕਰਕੇ ਅਸੀਂ ਇੱਥੇ ਗੁਣਾ ਦਾ ਨਿਸ਼ਾਨ ਲਾਇਆ। 4 ones are 4 + 3, ਹੁਣ ਅਸੀਂ ਪਹਿਲਾਂ ਦੋਵੇਂ ਮਾਈਨਸ ਵਾਲੀਆਂ ਰਕਮਾਂ ਪਲੱਸ ਕੀਤੀਆਂ, ਅਤੇ ਜਦੋਂ ਦੋਵੇਂ ਮਾਈਨਸ ਵਾਲੇ ਹੋਣ ਤਾਂ ਨਿਸ਼ਾਨ ਮਾਈਨਸ ਦਾ ਲੱਗਦਾ। ਇੰਟਰੋਡਕਸ਼ਨ ਦੇ ਵਿੱਚ ਤੁਹਾਨੂੰ ਬਹੁਤ ਵਾਰੀ ਵੈਸੇ ਵੀ ਇਹ ਗੱਲ ਕਲਾਸ 'ਚ ਵੀ ਦੱਸੀ ਦੀ ਆ, ਤਾਂ ਜਦੋਂ ਹੁਣ 1 ਪਲੱਸ ਦਾ ਨੰਬਰ ਹੋਵੇ 1 ਮਾਈਨਸ ਦਾ ਹੋਵੇ ਤਾਂ ਪਲੱਸ ਮਾਈਨਸ ਕੀ ਹੋਣੀ ਹੁੰਦੀ ਆ, ਹਮੇਸ਼ਾ ਮਾਈਨਸ, ਅਤੇ ਨਿਸ਼ਾਨ ਵੱਡੀ ਰਕਮ ਨਾਲ ਦਾ, ਤਾਂ 9 ਚੋਂ 3 ਮਾਈਨਸ ਕੀਤੇ 6, ਅਤੇ ਵੱਡੇ ਮਾਈਨਸ ਦੇ ਆ 9, ਤਾਂ ਮਾਈਨਸ ਦਾ ਨਿਸ਼ਾਨ ਲੱਗ ਗਿਆ, ਤਾਂ ਇਹ ਸਾਡਾ ਬਹੁਪਦ ਦੀ ਵੈਲਿਊ ਆ ਗਈ। ਹੁਣ ਆਓ ਆਪਾਂ ਥਰਡ ਪਾਰਟ ਕਰ ਲੈਂਦੇ ਹਾਂ। ਹੁਣ ਅਸੀਂ ਐਕਸ ਦੀ ਥਾਂ 'ਤੇ ਕਿੰਨੀ ਵੈਲਿਊ ਪੁੱਟ ਕਰਨੀ ਆ, 2 ਪਾਰਟ ਕਰਕੇ ਪਤਾ ਲੱਗ ਗਿਆ ਹੋਣਾ ਤੁਹਾਨੂੰ, ਐਕਸ ਦੀ ਜਗ੍ਹਾ 'ਤੇ ਆਪਾਂ ਕੀ ਪੁੱਟ ਕਰਾਂਗੇ ਹੁਣ, 2। (5 2s are 10) -4, 2 ਦਾ ਸਕੇਅਰ 4 ਹੋ ਗਿਆ, 4 4s are 16, ਤਾਂ ਹੁਣ ਵੇ ਉਹੀ ਤਰੀਕਾ, ਆਪਾਂ 10 ਅਤੇ 3 ਦੋਵੇਂ ਪਲੱਸ ਵਾਲੇ, ਇਹਨਾਂ ਨੂੰ ਪਲੱਸ ਕੀਤਾ ਬਣ ਗਿਆ 13, ਮਾਈਨਸ ਦੇ 16। ਹੁਣ ਦੇਖੋ ਬੇਟਾ ਛੋਟੀ ਵਿੱਚੋਂ ਵੱਡੀ ਸੰਖਿਆ ਮਾਈਨਸ ਕੀਤੀ, ਜਾਂ 1 ਪਲੱਸ ਦੀ ਆ 1 ਮਾਈਨਸ ਦੀ ਆ, ਤਾਂ ਮਾਈਨਸ ਹੋਊਗੀ, ਤਾਂ 16 ਵਿੱਚੋਂ 13 ਮਾਈਨਸ ਕੀਤੇ 3, ਵੱਡੇ 16 ਉਹਦੇ ਨਾਲ ਮਾਈਨਸ ਦਾ ਨਿਸ਼ਾਨ ਲੱਗਿਆ, ਤਾਂ ਸਾਡਾ ਆਂਸਰ ਆ ਗਿਆ
माइनस दे 3। तो इस तरह इस सारी एक्सरसाइज के सानू इस तरह ही असी सम जेड़े वो करने हैं, सानू वैल्यू दिती होगी, जेड़ा भी बहुपद दिता होगा सानू, चाहे वह वेरिएबल आ जेड़ा एक्स होवे या जेड होवे वाई होवे या टी होवे, तां कोई घबराउण वाली गल नहीं, सानू जेड़ी भी वैल्यू दिती होगी असी उहदे विच पुट करांगे ते साडे कोले साडे रिक्वायर्ड आंसर्स आ जेड़े वह आ जाएंगे। ठीक है, थैंक यू बेटा।